ਤੋਂ ਸਾਡੇ ਨਾਲ ਜੁੜੇ ਨੇ ਅਵਿਨਾਸ਼ ਫਿਲਹਾਲ ਕਿਵੇਂ ਦਾ ਸਿਆਸੀ ਉੱਠਾ ਪਟਕ ਚੱਲ ਰਿਹਾ ਹੈ ਕਿਉਂਕਿ ਪਟਿਆਲੇ ਦੀ ਗੱਲ ਕੀਤੀ ਜਾਵੇ ਲੋਅ ਐਂਡ ਆਰਡਰ ਦੀ ਸਥਿਤੀ ਖੁਦ ਸੀਐਮ ਸਿਟੀ 'ਚ ਖਰਾਬ ਹੈ ਕੁਝ ਲੋਕ ਵੀ ਉਹਨਾਂ ਨਾਲ ਜੁੜੇ ਹੋਣਗੇ ਅਵਿਨਾਸ਼ ਲੋਕਾਂ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕਰੋ ਸਿਆਸੀ ਜਿਹੜਾ ਪਾਰਾ ਚੜਿਆ ਉਸ ਮਸਲੇ 'ਤੇ ਵੀ ਅਤੇ ਲੋਅ ਐਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਵੇਖਦੇ ਨੇ ਅਮਰ ਜੇ ਗੱਲ ਕਰੀਏ ਪਟਿਆਲਾ ਤੋਂ ਸਾਂਸਦ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਸਾਫ਼ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਬਿਲਕੁਲ ਖਰਾਬ ਹੈ ਕਿਤੇ ਨਾ ਕਿਤੇ ਇੱਥੇ ਜਿਹੜੀ ਗੋਲੀਆਂ ਚੱਲੀਆਂ ਰਾਤ ਨੂੰ ਕਰੀਬ 9:30 ਅਤੇ ਕਿਤੇ ਨਾ ਕਿਤੇ ਸਰੇਆਮ ਜਿਹੜੇ ਕਾਨੂੰਨ ਦੀ ਧੱਜੀਆਂ ਉਡਾਈ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਕੁਛ ਵੀ ਨਹੀਂ ਕੀਤਾ ਜਾ ਰਿਹਾ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਉੱਪਰ ਜਾ ਕੇ ਕਿਹਾ ਕਿ ਅਸੀਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਕੋਲੋਂ ਅਨਲੀਗਲ ਵੈਪਨ ਬਰਾਮਦ ਹੋਇਆ ਕਿਤੇ ਨਾ ਕਿਤੇ ਅਨਲੀਗਲ ਵੈਪਨ ਇੱਕ ਸਵਾਲਿਆ ਚਿੰਨ ਖੜਾ ਹੁੰਦਾ ਜਦ ਅਸਲਾ ਜਮ੍ਹਾਂ ਹੋ ਰਿਹਾ ਇਲੈਕਸ਼ਨਾਂ ਦੇ ਵਿੱਚ ਅਤੇ ਇਹ ਅਸਲਾ ਕਿਵੇਂ ਅਨਲੀਗਲ ਆ ਗਿਆ ਹੈਗਾ ਕਿਤੇ ਨਾ ਕਿਤੇ ਗੈਂਗਸਟਰਾਂ ਦੇ ਜਿਹੜੇ ਹੌਸਲੇ ਹੈ ਜਿਹੜੇ ਇੱਦਾਂ ਦੇ ਲੋਕ ਹੈ ਜਿਹਨਾਂ ਕੋਲ ਅਨਲੀਗਲ ਵੈਪਨ ਹੈ ਜਿਹੜੇ ਸ਼ਰਾਰਤੀ ਆਂਸਰ ਹੈ ਅਤੇ ਉਹਨਾਂ ਵੱਲੋਂ ਜਿਹੜੀ ਇਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਹੋਵੇ ਅਤੇ ਉੱਥੇ ਉਹਨਾਂ ਦੀ ਧਰਮ ਪੱਤਰੀ ਪਟਿਆਲਾ ਤੋਂ ਚੁਣਾਵ ਲੜ ਰਹੀ ਹੈ ਅਤੇ ਉੱਥੇ ਦੇ ਜਿਹੜਾ ਮਾਹੌਲ ਹੈ ਉਹ ਇਸ ਪ੍ਰਕਾਰ ਦਾ ਕਿਤੇ ਗੋਲੀਆਂ ਚੱਲਦੀਆਂ ਕਿਤੇ ਡਕੈਤੀਆਂ ਹੋ ਰਹੀਆਂ ਕਿਤੇ ਲੂਟਪਾਟ ਹੋ ਰਹੀ ਹੈ ਕਿਤੇ ਨਾ ਕਿਤੇ ਜਿਹੜੇ ਪਟਿਆਲਾ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਖਰਾਬ ਹੈ ਡਾਕਟਰ ਗਾਂਧੀ ਨੇ ਸਾਫ਼ ਤੌਰ 'ਤੇ ਕਿਹਾ ਜਿਸ ਤਰ੍ਹਾਂ ਪ੍ਰਕਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ 'ਚ ਲਾਅ ਐਂਡ ਆਰਡਰ ਦੀ ਸਥਿਤੀ ਸਹੀ ਨਹੀਂ ਹੈਗੀ ਕਿਤੇ ਨਾ ਕਿਤੇ ਪੁਲਿਸ ਦੇ ਉੱਪਰ ਸਵਾਲਿਆ ਚਿੰਨ ਖੜਾ ਹੁੰਦਾ ਅਵਿਨਾਸ਼ ਤੇ ਫਿਲਹਾਲ ਧਰਮਵੀਰ ਗਾਂਧੀ ਨੇ ਕੀ ਕੁਛ ਕਿਹਾ ਹੈ ਤੁਸੀਂ ਸੁਣ ਲਓ ਲਾਇਕ ਹੀ ਰੋਜ਼ ਦੇਖੋ ਕੱਲ੍ਹ ਵੀ ਗੋਲੀ ਚੱਲੀ ਹੈਗੀ ਹੈ ਇਹ ਗੋਲੀ ਕੌਣ ਚਲਾਉਂਦਾ ਕਿਵੇਂ ਚੱਲੇ ਮੈਨੂੰ ਇਹ ਤਾਂ ਨਹੀਂ ਪਤਾ ਹੈਗਾ ਪਰ ਜੋ ਦਹਿਸ਼ਤ ਦਾ ਮਾਹੌਲ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੋਣਾਂ ਤੋਂ ਪਹਿਲਾਂ ਔਰ ਜਿਸ ਤਰ੍ਹਾਂ ਗੈਂਗਸਟਰਾਂ ਦੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਨੂੰ ਗੈਂਗਸਟਰ ਕਹਿੰਦਾ ਨਹੀਂ ਹੈਗਾ ਪਰ ਜੋ ਅਖਬਾਰੀ ਖਬਰਾਂ ਨੇ ਉਹਨਾਂ ਦੇ ਜਿਸ ਤਰ੍ਹਾਂ ਗੈਂਗਸਟਰ ਇਹਨਾਂ ਨੇ ਭਰਤੀ ਕੀਤੇ ਨੇ ਵੱਡੀ ਪੱਧਰ 'ਤੇ ਪਾਰਟੀ 'ਚ ਭਰਤੀ ਕੀਤੇ ਨੇ ਔਰ ਜਿਸ ਤਰ੍ਹਾਂ ਮਤਲਬ ਇੱਕ ਦਹਿਸ਼ ਦਾ ਮਾਹੌਲ ਦਾਬੇ ਦਾ ਮਾਹੌਲ ਜ਼ਮੀਨਾਂ ਦੇ ਕਬਜ਼ੇ ਕਰਕੇ ਲੋਕਾਂ ਦੇ ਪਰਚੇ ਕਰਵਾ ਕੇ ਪੰਚਾਇਤਾਂ ਵੇਚ ਕੇ ਲੋਕਾਂ ਦੇ ਝੂਠੇ ਕੇਸਾਂ 'ਚ ਲੋਕਾਂ ਨੂੰ ਫਸਾ ਕੇ ਜੋ ਇਹ ਦਹਿਸ਼ ਦਾ ਮਾਹੌਲ ਕਾਇਮ ਕਰਕੇ ਚੋਣਾਂ ਜਿੱਤਣੀਆਂ ਚਾਹੁੰਦੇ ਨੇ ਇਹ ਬਿਲਕੁਲ ਗੈਰ ਸੰਵਿਧਾਨਕ ਹੈ ਗੈਰ ਕਾਨੂੰਨੀ ਹੈ ਔਰ ਸੰਵਿਧਾਨ ਦੀ ਵੀ ਕਾਨੂੰਨ ਦੀ ਵੀ ਔਰ ਮੋਰਲ ਆਫ ਕੋਡ ਆਫ ਕੰਡਕਟ ਦੀ ਵੀ ਉਲੰਘਣਾ ਹੈਗੀ ਹੈ ਇਹ ਲੋਕ ਸ਼ਰੀਫ ਸਿਆਸਤ ਨੂੰ ਇਮਾਨਦਾਰ ਸਿਆਸਤ ਨੂੰ ਮਾਰ ਦੇਣਾ ਚਾਹੁੰਦੇ ਨੇ ਅਤੇ ਆਪਣੀ ਉਹੀ ਗੁੰਡਾਗਰਦੀ